good. ਸਾਨੂੰ ਸਾਹ ਬਖਸ਼ਦੇ ਨੇ
ਅਸੀਂ ਉਹਨਾਂ ਦੀ ਸੰਗੀ ਕੁੱਟਣੀ ਸ਼ੁਰੂ ਕਰ ਦਿੱਤੀ ਤਰੱਕੀ ਦੇ ਨਾਂ ਤੇ ਕੁਦਰਤ ਦਾ ਕਾਣ ਕਰਨਾ ਸ਼ੁਰੂ ਕਰ ਦਿੱਤਾ ਪਰ ਜਨਾਬ ਕੁਦਰਤ ਬੜੀ ਬਲਵਾਨ ਸ਼ੈ ਆ ਇਹਨੇ ਤਾਂ ਆਪਣੇ ਆਪ ਨੂੰ ਬੈਲੈਂਸ ਕਰ ਹੀ ਲੈਣਾ ਸਾਨੂੰ ਸਾਡੀਆਂ ਗਲਤੀਆਂ ਖੁਨਾਮੀਆਂ ਕਰਕੇ ਬਹੁਤ ਕੁਝ ਭੁਗਤਣਾ ਪੈ ਰਿਹਾ ਕਿਤੇ ਹੜ੍ਹ ਆ ਰਹੇ ਨੇ ਕਿਤੇ ਸੋਕਾ ਪੈ ਰਿਹਾ ਹਰੇਕ ਸਾਲ ਗਰਮੀ ਹੋਰ ਵੱਧ ਜਾਂਦੀ ਹੈ ਵਿਗਿਆਨੀ ਗਲੋਬਲ ਵਾਰਮਿੰਗ ਦਾ ਰੌਲਾ ਪਾ ਰਹੇ ਨੇ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਕਿ ਸਿਰਫ ਸਰਕਾਰ ਤੁਸੀਂ ਨਹੀਂ ਅਸੀਂ ਨਹੀਂ ਆਪਾਂ ਸਾਰੇ ਨਹੀਂ ਦੇਖ ਲਓ ਕੁਦਰਤ ਦਿਨੋ ਦਿਨ ਭਿਅੰਕਰ ਰੂਪ ਧਾਰਨ ਕਰਦੀ ਜਾ ਰਹੀ ਹੈ ਫਿਰ ਵੀ ਅਸੀਂ ਕੁਦਰਤ ਨਾਲ ਛੇੜਛਾੜ ਕਰਨ ਨੂੰ ਗੁਰੇਜ਼ ਨਹੀਂ ਕਰ ਰਹੇ ਆਓ ਤੁਹਾਨੂੰ ਦਿਖਾਈਏ ਕਿ ਕਿਵੇਂ ਸਾਡੇ ਚਾਰੇ ਪਾਸੇ ਧੂੰਆਂ ਰੂਪੀ ਪ੍ਰਦੂਸ਼ਣ ਇਸ ਕਦਰ ਫੈਲ ਗਿਆ ਕਿ ਸਾਹ ਲੈਣਾ ਵੀ ਔਖਾ ਹੋ ਗਿਆ ਆ ਭਾਈ ਕਰ ਜਾ ਕਰ ਜਾ ਕਰ ਜਾ ਹਾਂ ਦੱਸ ਤੇਰਾ ਸਕੂਟਰ ਹੈ ਨਾ ਧੂੰਆਂ ਛੱਡਦਾ ਤੂੰ ਇਹਨੂੰ ਠੀਕ ਕਿਉਂ ਨਹੀਂ ਕਰਾਉਂਦਾ ਭਾਈ ਜੀ ਮੇਰੇ ਸਕੂਟਰ ਦਾ ਤਾਂ ਪੋਲਿਊਸ਼ਨ ਮੇਰਾ ਸਕੂਟਰ ਧੂਆਂ ਨਹੀਂ ਛੱਡਦਾ ਬਿੰਦੀ ਕੋਮਾ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਆਪਣਾ ਕੋਈ ਚਲਾਨ ਨਹੀਂ ਕਰ ਸਕਦਾ ਡੰਡੀ ਸੰਟੈਂਸ ਕਦਮ ਨੂੰ ਤੂੰ ਭੋਗ ਉਹ ਬਾਈ ਜੀ ਮੈਂ ਚਲਾਨ ਦੀ ਗੱਲ ਨਹੀਂ ਕਰਦਾ ਉਹ ਮੈਂ ਤਾਂ ਇਹ ਕਹਿ ਰਿਹਾ ਸੀ ਕਿ ਇਸ ਧੂਏ 'ਚ ਬਹੁਤ ਜ਼ਹਿਰੀਲੇ ਤੱਤ ਹੁੰਦੇ ਨੇ ਤੇ ਇਸ ਨਾਲ ਲੋਕਾਂ ਦੀ ਸਿਹਤ 'ਤੇ ਬੜਾ ਮਾੜਾ ਅਸਰ ਪੈਂਦਾ ਆਹ ਦੇਖ ਇੱਥੇ ਸਾਹ ਲੈਣਾ ਕਿੰਨਾ ਔਖਾ ਹੋਇਆ ਉਹ ਜੇ ਤੈਨੂੰ ਇੱਥੇ 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 ਉਹ ਸਾਹ ਨਹੀਂ ਆਉਂਦਾ ਉਹ ਬਾਈ ਜਾ ਪਾੜਾ 'ਚ ਜ਼ਿਆਦਾ ਪੈਸੇ ਨਹੀਂ ਨਾ ਤੇਰੇ ਕੋਲ ਜੀਵ ਜੰਤੂਆਂ ਦਾ ਨੁਕਸਾਨ ਹੋ ਰਿਹਾ ਨਾ ਹਾਂ ਉਹਨਾਂ ਦਾ ਹੀ ਹੋ ਰਿਹਾ ਨਾ ਹਾਂ ਫਿਰ ਮੈਨੂੰ ਕੀ ਸੁਣਿਆ ਤੁਸੀਂ ਇਹ ਭਾਈ ਸਾਹਿਬ ਵੀ ਕਹਿੰਦੇ ਮੈਨੂੰ ਕੀ ਹੁਣ ਤੁਸੀਂ ਸੋਚੋ ਜਦੋਂ ਕੱਲ ਨੂੰ ਇਸ ਧਰਤੀ ਤੇ ਸਾਹ ਲੈਣ ਜੋਗੀ ਵੀ ਸਾਫ ਸੁਥਰੀ ਹਵਾ ਨਾ ਬਚੀ ਉਦੋਂ ਕੀ ਬਣੂਗਾ ਸਾਡਾ ਕੀ ਕਰਾਂਗੇ ਅਸੀਂ ਕੋਈ ਨਹੀਂ ਸੋਚ ਰਿਹਾ ਬਲਕਿ ਅਸੀਂ ਤਰ੍ਹਾਂ ਤਰ੍ਹਾਂ ਦਾ ਪ੍ਰਦੂਸ਼ਣ ਇਸ ਧਰਤੀ ਤੇ ਲਾਉਂਦੇ ਜਾ ਰਹੇ ਹਾਂ ਤੇ ਇਸ ਦੇ ਪਾਣੀਆਂ ਨੂੰ ਗੰਧਲਾ ਕਰਦੇ ਜਾ ਰਹੇ ਹਾਂ ਨਦੀ ਚ ਰਹਿਣ ਵਾਲੇ ਸਾਰੇ ਜੀਵ ਜੰਤੂ ਮਾਰੇ ਜਾਣਗੇ ਉੱਥੇ ਹੀ ਪਾਣੀ ਖੇਤਾਂ ਨੂੰ ਜਾਂਦਾ ਫਸਲਾਂ ਖਰਾਬ ਹੋਣਗੀਆਂ ਲੋਕ ਪੀਣ ਗਏ ਲੋਕ ਬਿਮਾਰ ਹੋਣਗੇ ਫਿਰ ਤੈਂ ਮੈਨੂੰ ਇੱਕ ਬਾਤ ਬਤਾ ਸਾਡੇ ਅਮਨ ਚੈਨ ਤੇ ਸ਼ਾਂਤੀ ਦਾ ਸੰਗੀਤ ਪਰ ਅਸੀਂ ਫਿਰ